نحمده ونصلي على رسوله الكريم اما بعد فاعوذ بالله من الشيطان الرجيم بسم الله الرحمن الرحيم السلام عليكم تمام دوست احباب ਵੇਖਣ ਵਾਲੇ ਸੁਣਨ ਵਾਲੇ ਭਾਜੀ ਅੱਜ ਤੁਹਾਡੇ ਲਈ ਜਨਾਬ ਟਰੱਕ ਦੀ ਵੀਡੀਓ ਲੈ ਗਏ ਉਸ ਸੇ 35-12 ਜੀ 13-14 ਮਾਡਲ ਹੈ 13-14 ਇਸ ਤਰ੍ਹਾਂ ਕਿ 2013 ਦੇ ਆਖਰੀ ਮਹੀਨੇ ਦੀ ਆਖਰੀ ਤਰੀਕ ਦਾ 31-12-2013 ਦਾ ਜੀ ਨੰਬਰ 14 'ਚ ਲੱਗਾ ਲਾਹੌਰ ਦਾ ਨੰਬਰ ਜਨਾਬ ਨੇ ਉਹਦਾ ਮੁਕੰਮਲ ਰਿਵਿਊ ਤੁਹਾਨੂੰ ਉਹਨੇ ਬੜਾ ਸੋਹਣਾ ਬੜਾ ਬਿਹਤਰੀਨ ਟਰੈਕਟਰ ਲਓ ਜਨਾਬ ਆ ਜੀ ਪੁਰਸਾ 35-12 ਇੱਕ ਦਫਾ ਮੁਕੰਮਲ ਟਰੈਕਟਰ ਸਾਰੇ ਪਾਸੋਂ ਆਉਣਾ ਜੀ ਤੁਹਾਨੂੰ ਸ਼ਹਿਰ ਨਜ਼ਦੀਕੋਂ ਕਰਕੇ ਹਰ ਚੀਜ਼ ਦਿਖਾਵਾਂਗਾ ਸ਼ੋ ਦਾ ਰੰਗ ਭਾਜੀ ਦਾ ਆਪਣਾ ਜੈਨਵਨ ਜੇ ਚੇਸੀ ਦਾ ਰੰਗ ਇਹਦਾ ਆਪਣਾ ਜੈਨਵਨ ਜੇ ਮਰਗਾਡਾ ਦਾ ਰੰਗ ਇਹਦਾ ਆਪਣਾ ਜੈਨਵਨ ਸਾਰੇ ਬੱਤੀਆਂ ਆਪਣੇ ਜੈਨਵਨ ਚਾਲੂ ਹਾਲਤ ਚ ਸੈਲਫ ਸਟਾਰਟ ਛੱਤ ਲੱਗੀ ਹੈ ਜੀ ਬੜੀ ਖੂਬਸੂਰਤ ਡੈਕੋਰੇਸ਼ਨ ਦੇ ਨਾਲ ਫਰੰਟ ਟਾਇਰ 14 ਨੇ ਇਗਨੀਸ਼ਨ ਪਿਛਲੇ ਟਾਇਰ ਜਨਾਬ 15 ਨੇ ਇਗਨੀਸ਼ਨ ਬਿਹਤਰੀਨ ਸਾਫ ਸੁਥਰੇ ਟੇਪ ਲੱਗੀ ਹੈ ਜੀ ਸਪੀਕਰ ਲੱਗੇ ਨੇ ਸਾਊਂਡ ਸਿਸਟਮ ਲੱਗਾ ਹੈ ਜੀ ਇਹਦਾ ਚਾਲੂ ਹਾਲਤ ਮਕੈਨੀਕਲ ਦਾ ਭਾਜੀ ਪੂਰਾ ਫਿੱਟ ਬੈਕ ਸੀਟ ਜਨਾਬ ਲੱਗੀ ਹੈ ਜੀ ਧੂਪ ਦਾ ਰੰਗ ਵੀ ਬਿਹਤਰੀਨ ਜੀ ਆਪਣਾ ਮਰਗਾਡਾਂ ਦੇ ਇਸ਼ਾਰੇ ਸਾਰੇ ਚਾਲੂ ਜੀ ਆਪਣੇ ਜੈਨਵਨ ਇਸ਼ਾਰੇ ਚਾਲੂ ਹਾਲਤ ਚ ਸਮਾਨ ਚ ਬੰਪਰ ਤੇ ਛੱਤ ਜੀ ਹੁੱਕ ਨਹੀਂ ਹੈਗੀ ਬੰਪਰ ਲੱਗਾ ਛੱਤ ਲੱਗੀ ਹੈ ਜੀ ਮਕੈਨੀਕਲ ਪੂਰਾ ਫਿੱਟ ਹੈ ਜੀ ਟਰੈਕਟਰ ਦਾ ਸੈਲਫ ਸਟਾਰਟ ਹੈ ਮੌਕੇ ਦੇ ਲਾਹੌਰ ਦਾ ਨੰਬਰ ਹੈ 2014 ਦਾ ਜੀ ਲੋਕੇਸ਼ਨ ਹੈ ਟਰੈਕਟਰ ਦੀ ਤਤਲੇ ਵਾਲੀ ਜ਼ਿਲ੍ਹਾ ਗੁਜਰਾਂਵਾਲਾ
ਹਰ ਚੀਜ਼ ਖੂਬਸੂਰਤ ਹੈ ਜੀ, ਬਿਹਤਰੀਨ ਹੈ, ਮਕੈਨੀਕਲ ਦਾ ਪੂਰਾ ਫਿੱਟ ਹੈ ਜੀ। ਜਿਸ ਭਾਈ ਨੇ ਉਸ 3512 ਲੈਣਾ ਹੋਵੇ ਜਨਾਬ, ਸਕਰੀਨ 'ਤੇ ਵਟਸਐਪ ਨੰਬਰ ਚੱਲਦਾ ਹੁੰਦਾ ਜੀ, ਰਾਬਤਾ ਕਰ ਸਕਦੇ ਨੇ। ਇਹਦੀ ਡਿਮਾਂਡ ਹੈ ਜਨਾਬ 14 ਲੱਖ ਰੁਪਇਆ, ਇਹਦੀ ਡਿਮਾਂਡ ਹੈ ਜੀ 14 ਲੱਖ। ਬਾਕੀ ਕਮੀ ਪੇਸ਼ੀ ਮੌਕੇ ਦੀ ਹੈ। ਟਰੈਕਟਰ ਦੀ ਖੂਬਸੂਰਤੀ ਵਾਲੀ ਇੰਤਹਾ ਹੈ, ਮੁਕੰਮਲ ਸ਼ੋਅ, ਡੈਸ਼ਬੋਰਡ ਮਰਗਾੜ ਆਪਣੇ ਰੰਗ 'ਚ ਜੈਨਵਨ, ਚੇਸੀ ਆਪਣੇ ਰੰਗ ਜੈਨਵਨ, ਟਾਇਰ ਚਾਰੇ ਜਨਾਬ ਬਿਹਤਰੀਨ ਹਾਲਤ 'ਚ, 15 ਨੇ ਕੰਡੀਸ਼ਨ ਟਾਇਰਾਂ ਦੀ, ਬੰਪਰ ਲੱਗਾ ਜੀ, ਛੱਤ ਲੱਗੀ ਹੈ, ਟੇਪ ਲੱਗੀ ਹੈ ਜੀ, ਸਪੀਕਰ ਚਾਲੂ ਹਾਲਤ ਜਨਾਬ ਜੈਨਵਨ ਆਪਣੇ ਜਿਹੜੇ ਇਸ਼ਾਰੇ ਨੇ ਦੇ ਮੁਕੰਮਲ ਆਪਣੇ ਜੈਨਵਨ ਇਸ਼ਾਰੇ ਚਾਲੂ ਹਾਲਤ 'ਚ ਨੇ ਜਨਾਬ। ਬੜਾ ਖੂਬਸੂਰਤ ਟਰੈਕਟਰ ਹੈ ਜੀ, 14 ਲੱਖ ਰੁਪਇਆ ਭਾਅ ਜੀ ਦੀ ਡਿਮਾਂਡ ਹੈ, ਬਾਕੀ ਕਮੀ ਪੇਸ਼ੀ ਮੌਕੇ ਦੀ ਹੈ ਜੀ। ਮੇਰਾ ਭਾਈ ਚੈਨਲ ਨੂੰ ਯਾਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਸਾਰੀਆਂ ਵੀਡੀਓ ਆਉਣ। ਅਕਸਰ ਬੰਦੇ 1-2 ਵੀਡੀਓ ਵੇਖਦੇ ਨੇ, ਫਿਰ ਉਹ ਪੁੱਛਦੇ ਨੇ ਜੀ ਕਿਹੜਾ ਕਿਹੜਾ ਮਾਡਲ ਹੈ, ਫਲਾਣੇ ਮਾਡਲ ਦੀ ਵੀਡੀਓ ਘੱਲਿਆ ਜੇ, ਫਲਾਣੇ ਦੀਆਂ ਤਸਵੀਰਾਂ ਘੱਲਿਆ ਜੇ। ਮੇਰਾ ਭਾਈ ਇਸ ਵਾਸਤੇ ਮੈਂ ਸਬਸਕ੍ਰਾਈਬ ਦਾ ਧੰਨਵਾਦ ਹਾਂ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚੇ। ਆਟੋਮੈਟਿਕਲੀ ਜਦੋਂ ਮੈਂ ਵੀਡੀਓ ਅਪਲੋਡ ਕਰਨਾ, ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਾਏ, ਉਹ ਜਾਂਦਾ ਸਬਸਕ੍ਰਾਈਬ ਕਰਨ ਨਾਲ।